2017 ਦੇ IAS ਅਧਿਕਾਰੀ ਹਿਮਾਂਸ਼ੂ ਜੈਨ, ਜਿਨ੍ਹਾਂ ਦੀ ਪਹਿਲੀ ਪੋਸਟਿੰਗ ਪ੍ਰੋਪਰ ਡਿਊਟੀ ਕਮਿਸ਼ਨਰ ਵਜੋਂ ਹੋਈ ਹੈ। ਉਹਨਾਂ ਵੱਲੋਂ ਪ੍ਰੈਸ ਨਾਲ ਵਾਰਤਾ ਕੀਤੀ ਗਈ। ਉਹਨਾਂ ਨੂੰ ਦੱਸਿਆ ਗਿਆ ਕਿ ਸ਼ਹਿਰ ਦੇ ਵਿੱਚ ਜੋ ਵਿਕਾਸ ਦੇ ਕੰਮ ਪਏ ਨੇ, ਜੋ ਰਹਿੰਦੇ ਨੇ, ਉਹ ਸਾਰੇ ਪੂਰੇ ਕਰਾਏ ਜਾਣਗੇ। ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਉਹਨਾਂ ਸ਼ਹਿਰ ਦੇ ਵਿੱਚ ਰੁਕੇ ਸਾਰੇ ਕਾਰਿਆਂ, ਸੜਕਾਂ ਦੇ ਬਾਰੇ, ਪਾਣੀ ਬਾਰੇ ਤੇ ਹੋਰ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ। ਡਿਊਟੀ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਸਾਰਿਆਂ ਨੂੰ ਹੱਲ ਕਰ ਦਿੱਤਾ ਜਾਵੇਗਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਹਿਮਾਂਸ਼ੂ ਜੈਨ। ਕੋਸ਼ਿਸ਼ ਇਹ ਰਹੀ ਉਹਨਾਂ ਨੂੰ ਵਿਦਿਨ 24 ਘੰਟੇ ਜਾਂ 48 ਘੰਟੇ ਦੇ ਵਿੱਚ ਰਿਜ਼ੋਲਵ ਕੀਤਾ ਜਾ ਸਕੇ।